ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਡੀਐਸ ਪੀਪੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ। ਮੈਂ ਤੁਹਾਡਾ ਆਪਣਾ ਜਗਦੀਪ ਅੰਮ੍ਰਿਤਰੀਆ। ਲਓ ਵੀਰ ਜੀ, ਅੱਜ ਕਰਮਵੀਰ ਦੇ ਪਿੰਡ ਆਏ ਜੀ, ਪਿੰਡ ਲਾਖਣੇ, ਠੀਕ ਹੈ ਜੀ, ਭਿੱਖੀ ਪਿੰਡ ਦੇ ਕੋਲ। ਅਤੇ ਵੀਰ ਜੀ ਹੋਣੀ ਅਤੇ ਨਾਲ ਵੀਰ ਦੇ ਹੋਣੇ ਸਰਦਾਰ ਸਾਹਿਬਾਨ, ਠੀਕ ਹੈ ਜੀ, ਆਪਣੇ ਬਾਈਵਾ ਗਰੁੱਪ ਤੋਂ ਸਰਦਾਰ ਬਲਵਿੰਦਰ ਸਿੰਘ ਮੁਲਾਜ਼ਮ ਸਾਹਿਬ ਉਸਤਾਦ ਜੀ, ਠੀਕ ਹੈ ਜੀ, ਅਤੇ ਉਹਨਾਂ ਦੇ ਸ਼ਾਗਿਰਦ ਕੋ ਆਪਾਂ ਪਹੁੰਚੇ ਅੱਜ ਅਤੇ ਆਪਣਾ ਸਨਮਾਨ ਕਰਨ ਲੱਗੇ ਨੇ ਵੀਰ ਜੀ, ਅਤੇ ਵੈਲਕਮ ਕਰਨ ਲੱਗੇ ਨੇ ਆਪਣਾ ਅਤੇ ਉਸਤਾਦ ਸਾਹਿਬ ਜੀ ਹੋਣਾਂ ਦਾ ਫਿਰ ਆਉਣਾ ਸਨਮਾਨ ਕਰਨ ਲੱਗੇ ਨੇ। ਆਓ ਜੀ, ਸਾਰੇ ਵੀਰ ਨੇ ਅਤੇ ਵੀਰ ਹੋਣਾਂ ਦਾ ਸਾਰੀ ਫੈਮਿਲੀ, ਠੀਕ ਹੈ ਜੀ, ਆਪਣੇ ਕੋਲ ਨੇ। ਹਾਂਜੀ ਸਤਿ ਸ਼੍ਰੀ ਅਕਾਲ ਕਰਮਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਆਪਣੇ ਮੁਲਾਜ਼ਮ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੁਲਾਜ਼ਮ ਸਾਹਿਬ, ਮੁਲਾਜ਼ਮ ਸਾਹਿਬ ਆਹ ਵੀਰ ਜੀ ਹੋਣਾਂ ਦੇ ਬ੍ਰਦਰ, ਠੀਕ ਹੈ ਜੀ। ਅਤੇ ਬਾਕੀ ਤੁਸੀਂ ਸਾਰਿਆਂ ਨਾਲ ਮਿਲਾਵਾਂਗੇ, ਤੁਹਾਨੂੰ ਸੱਤ ਦਾ ਵੀ ਸ਼ੌਂਕ ਕਰਾਵਾਂਗੇ। ਅਤੇ ਵੀਰ ਨੇ ਐਰਕੀ ਬਾਜ਼ੀਆਂ ਵੀ ਬਹੁਤ ਜਿੱਤੀਆਂ ਜੀ, ਠੀਕ ਹੈ ਜੀ, ਜਿੱਦਾਂ ਕਿ ਵੀਰ ਵੀਡੀਓ ਪਾਉਂਦਾ ਹੀ ਰਿਹਾ ਵਾ ਆਪਣੇ ਗਰੁੱਪਾਂ 'ਚ, ਘੱਟ ਤੋਂ ਘੱਟ 15-20 ਬਾਜ਼ੀਆਂ ਹੋਣੀਆਂ ਵਾ ਅਤੇ ਸਾਰੀਆਂ ਵੀਰ ਨੇ ਜਿੱਤੀਆਂ ਜੀ। ਜਿੰਨੇ ਜਿੰਨੇ ਕੁੱਡੇ ਸਾਂਭੇ ਨੇ ਸਾਰਿਆਂ ਦੇ ਨਾਮ ਹੀ ਪਏ ਨੇ ਅਤੇ ਸ਼ੀਲਾਂ ਦੇ ਨਾਮ ਹੀ ਆਏ ਨੇ ਸਾਰਿਆਂ ਦੇ ਵੀਰਾਂ ਦੇ, ਠੀਕ ਹੈ ਜੀ। ਆਓ ਲੈ ਚੱਲਦੇ ਅੰਦਰ ਤੁਹਾਨੂੰ, ਠੀਕ ਹੈ ਵੀਰ ਜੀ, ਧੰਨਵਾਦ ਜੀ। ਕਰਨਵੀਰ ਜੀ ਹੋਣਾਂ ਦਾ, ਇਹ ਆਪਣਾ ਕਰਨਵੀਰ, ਠੀਕ ਹੈ ਜੀ। ਹੋਰ ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ ਜੀ, ਅਤੇ ਸਾਰੇ ਵੀਰਾਂ ਨਾਲ ਮੁਲਾਕਾਤ ਕਰਾਵਾਂਗੇ। ਆਓ ਲੈ ਚੱਲਦੇ ਹਾਂ ਤੁਹਾਨੂੰ ਅੰਦਰ। ਹਾਂਜੀ ਵੀਰ ਜੀ, ਜਿੱਦਾਂ ਕਿ ਐਂਟਰੀ ਦੇ ਆਪਾਂ ਤੁਹਾਨੂੰ ਦਿਖਾਇਆ ਵਾ ਜੀ, ਆਪਣਾ ਮਾਣ ਸਤਿਕਾਰ ਕੀਤਾ ਜੀ ਕਰਨਵੀਰ ਜੀ ਹੋਣਾਂ ਨੇ, ਕਰਨਵੀਰ ਮਾਖਣੇ ਤੋਂ। ਅਤੇ ਵੀਰ ਜੀ ਹੋਣਾਂ ਨੇ ਬਹੁਤ ਬਾਜ਼ੀਆਂ ਅੱਜ ਵਿਨ ਕੀਤੀਆਂ ਨੇ ਹੁਣ, ਠੀਕ ਹੈ ਜੀ, ਕੁਛ ਆਪਣੀ ਸੱਤ ਤੋਂ ਲਾਈਆਂ ਨੇ। 2023 'ਚ ਵੀ ਬਹੁਤ ਬਾਜ਼ੀਆਂ ਵਿਨ ਕੀਤੀਆਂ ਨੇ ਜਦੋਂ ਦੇ ਆਪਣੇ ਮੁਲਾਜ਼ਮ ਸਾਹਿਬ ਨਾਲ ਜੁੜੇ ਨੇ, ਠੀਕ ਹੈ ਜੀ। ਮੁਲਾਜ਼ਮ ਸਾਹਿਬ ਇਹਨਾਂ ਦੇ ਉਸਤਾਦ ਸਾਹਿਬਾਨ ਜੀ ਜੋ ਕਿ ਆਪਣੇ ਵਿੱਚ ਮੌਜੂਦ ਇਸ ਟਾਈਮ ਆਪਣੇ ਕੋਲ ਬੈਠੇ ਨੇ, ਠੀਕ ਹੈ ਜੀ, ਮਿਲਣ ਆਏ ਸੀ ਵੀਰ ਨੂੰ। ਅਤੇ ਆਪਾਂ ਤਾਂ ਚਲੋ ਛੋਟੀ ਜਿਹੀ ਵੀਡੀਓ ਸ਼ੂਟ ਕਰ ਲਈਏ, ਹੋਰ ਵੀ ਰਹਾਂਗੇ ਨੈਕਸਟ ਟਾਈਮ ਅਤੇ ਵੱਡੀ ਵੀਡੀਓ ਵੀ ਸ਼ੂਟ ਕਰਾਂਗੇ। ਹੁਣ ਛੋਟੇ ਪਾਰਟ 'ਚ ਇਹ ਪਾਰਟ 1 ਅਤੇ ਪਾਰਟ 2 'ਚ ਕਬੂਤਰ ਵਿਖਾਵਾਂਗੇ ਵੀਰ ਦੇ, ਸਾਰੇ ਪਰਿੰਦੇ ਵਿਖਾਵਾਂਗੇ। ਅਤੇ ਜਿਹੜੇ ਜਿਹੜੇ ਵੀਰ ਆਏ ਨੇ ਅਤੇ ਸਾਰਿਆਂ ਨਾਲ ਕਰਾਏਗਾ ਕਰਨਵੀਰ ਆਪਣਾ ਮੁਲਾਕਾਤ। ਹਾਂਜੀ ਸਤਿ ਸ਼੍ਰੀ ਅਕਾਲ ਕਰਨਵੀਰ, ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ? ਠੀਕ ਹੈ ਜੀ। ਆਪਣੀਆਂ ਜਿੰਨੀਆਂ ਬਾਈਆਂ ਜਿੱਤੀਆਂ ਨੇ 2023 ਦੇ ਜਿੱਤੀਆਂ, 2024 ਦੇ ਵਿੱਚ ਜਿੱਤੀਆਂ ਨੇ, ਇਹਨਾਂ ਸਿਰ 'ਤੇ ਜਦੋਂ ਵੀ ਪਾਰਟੀ ਦੇ ਵਿੱਚ ਬਾਈਗਾ ਪਾਰਟੀ ਦੇ ਵਿੱਚ ਮੈਂ ਜੁੜਿਆ, ਮੈਂ ਬਹੁਤ ਬਾਈਆਂ ਨੇ ਜਿੱਤੀਆਂ ਨੇ ਅਤੇ ਬਾਪੂ ਦੀ ਕਿਰਪਾ ਵਾ ਅਤੇ ਮੀਰ ਮੇਰਾ ਜੱਗਾ ਵਾ। ਠੀਕ ਹੈ, ਸਾਰਿਆਂ ਨਾਲ ਮੁਲਾਕਾਤ ਕਰਾਉਂਦੇ, ਉੱਧਰੋਂ ਕਰਾਓ ਜੀ ਮੁਲਾਕਾਤ ਸ਼ੁਰੂ ਤੋਂ। ਇਹ ਮੇਰੇ ਵਡੇ ਜੀ ਹੈ, ਠੀਕ ਹੈ ਜੀ, ਇਹ ਮੇਰੇ ਦੋਸਤ ਨੇ, ਠੀਕ ਹੈ ਜੀ, ਮੇਰੇ ਨਾਮ ਲਈ ਜਾਓ ਭਾਈ ਵੀਰ ਜੀ ਦਾ ਨਾਮ ਲਓ ਜੀ, ਭਰਿੰਦਰ ਸਿੰਘ ਮੇਰੇ ਵਡੇ ਜੀ ਨੇ, ਓਕੇ, ਇਹ ਵੀ ਜੀ ਹਰਦੀਪ ਵੀਰ ਜੀ ਤੂੰ, ਇਹ ਵੀ ਜੀ ਮੇਰੇ ਨੇ ਵੱਡੇ ਗੁਰਿੰਦਰ ਸਿੰਘ ਜੀ, ਇੱਧਰ ਵੀ ਸਰਦਾਰ ਬਲਵਿੰਦਰ ਸਿੰਘ ਜੀ ਮੁਲਾਜ਼ਮ ਸਾਹਿਬ ਤੋਂ, ਇਹ ਬੇਟਾ ਜੀ ਤਾਂ ਹੋਣਾ ਦਾ, ਠੀਕ ਹੈ ਜੀ, ਅਤੇ ਆਪਣਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਇੱਧਰ ਬੈਠੇ ਵੀਰ ਜੱਸਾ ਵੀਰ, ਇਹ ਜੱਸਾ ਵੀਰ ਕਾਲੀਏ ਪਿੰਡ ਤੋਂ, ਕਾਲੀਏ ਪਿੰਡ ਤੋਂ, ਠੀਕ ਹੈ ਜੀ, ਉਹ ਵੀਰ ਜੱਗਾ ਵੀਰ ਸੁਭਰਾ ਪਿੰਡ ਤੋਂ, ਉਹ ਵੀਰ ਰਵੀ, ਉਹ ਵੀ ਵੀਰ ਸੁਭਰਾ ਪਿੰਡ ਤੋਂ, ਉਹ ਵੀਰ ਆਪਣਾ ਹੈਪੀ ਸਕੱਤਰੇ ਤੋਂ ਜੀ, ਸਕੱਤਰੇ ਤੋਂ, ਹਾਂਜੀ, ਠੀਕ ਹੈ ਜੀ, ਸਾਰੇ ਭਰਾ ਤੇ ਇਹ ਸਾਰੇ ਜਿਹੜੇ ਨਿੱਕੇ ਆਪਣੇ ਬੱਚੇ ਨੇ ਇਹਨਾਂ ਦਾ ਵੀ ਤਾਲਮੇਲ ਕਰਾ ਦਿਓ ਇੱਕ ਵਾਰੀ ਸਾਰਿਆਂ ਦਾ। ਆਪਣਾ ਤਾਏ ਦਾ ਪੋਤਰਾ ਵਾ, ਇਹ ਤਾਏ ਦਾ ਪੋਤਰਾ, ਪੋਤਰਾ, ਹਾਂਜੀ, ਠੀਕ ਹੈ ਜੀ, ਇਹ ਪੰਜੀਰ ਜੀ ਦਾ ਬੇਟਾ ਵਾ, ਠੀਕ ਹੈ ਜੀ, ਉਹ ਆਪਣੇ ਦੋਸਤ ਦਾ ਬੇਟਾ ਵਾ, ਠੀਕ ਹੈ ਜੀ, ਇਹ ਵੀ ਦੋਸਤ ਦਾ ਬੇਟਾ ਵਾ, ਇਹ ਵੀ, ਹਾਂਜੀ, ਠੀਕ ਹੈ ਜੀ, ਜਿਹੜਾ ਅੱਗੇ ਖੜਾ ਵਾ ਉਹ ਆਪਣੇ ਗਵਾਂਢ ਡਾਕਟਰ ਸਾਹਿਬ ਦਾ ਮੁੰਡਾ ਵਾ, ਓਕੇ, ਉਹ ਵੀ ਦੋਸਤ ਦਾ ਬੇਟਾ ਵਾ, ਉਹ ਆਪਣਾ ਭਤੀਜਾ ਵਾ, ਆਪਣੇ ਬ੍ਰਦਰ ਦਾ, ਵੱਡੇ ਬ੍ਰਦਰ ਦਾ ਬੇਟਾ ਵਾ, ਠੀਕ ਹੈ ਜੀ, ਦਸਤਾਰ ਵਾਲਾ ਜੀ। ਤੇ ਵੀਰ ਜੀ ਕਬੂਤਰਾਂ ਦਾ ਸ਼ੌਂਕ ਨਿੱਕੇ ਵੀਰੋ ਕਰਿਆ ਕਰੋ, 11 ਮਹੀਨੇ ਪੜ੍ਹਨਾ, ਇੱਕ ਮਹੀਨਾ ਸ਼ੌਂਕ ਕਰਨਾ, ਘਰ ਦੇ ਕੁਛ ਨਹੀਂ ਕਹਿਣਗੇ, ਠੀਕ ਹੈ ਜੀ।
ਅਸੀਂ ਤਾਂ ਬਾਕੀ ਜਿਹੜੇ ਵੱਡੇ ਹੋ ਗਏ ਕੰਮਾਂ ਕਾਰਾਂ 'ਚ ਪੈ ਗਏ, ਸਾਨੂੰ ਤਾਂ ਪਤਾ ਹੀ ਆ, ਠੀਕ ਆ, ਕੰਮ ਕਰਕੇ ਆਵਾਂਗੇ ਤਾਂ ਫੇਰ ਹੀ ਦਾਣੇ ਪੈਣੇ ਨੇ, ਬਦਾਮ ਪੈਣੇ ਨੇ, ਨਹੀਂ ਤਾਂ ਜੇ ਆਪਣੀ ਜੇਬ 'ਚ ਪੈ ਜਾਂ ਤਾਂ ਫੇਰ ਹੀ ਸ਼ੌਂਕ ਹੋਣਾ ਜੀ, ਜਿਹੜਾ ਗਾੜੀ ਆਉਣ ਵਾਲਾ ਸਮਾਂ ਵਾ, ਠੀਕ ਹੈ ਜੀ, ਹੁਣ ਤਾਂ ਕਣਕ ਪਾਈ ਦੀ ਆ, ਫਿਰ ਬਦਾਮਾਂ 'ਤੇ ਉੱਡਿਆ ਕਰਦੇ ਜੀ, ਠੀਕ ਹੈ ਨਾ, ਬਾਕੀ ਭੁਰੇ ਭੁਰੇ ਪਾਇਆ ਕਰਦੇ ਆ ਉਦੋਂ ਵੀ, ਹੁਣ ਵੀ ਪਾਉਂਦੇ ਹੋ ਗਏ ਭੁਰੇ ਭੁਰੇ, ਕਰਦੇ ਭੁਰੇ ਭੁਰੇ, ਵੈਰੀ ਗੁੱਡ। ਲਓ ਜੀ ਕਰਨਵੀਰ ਜੀ, ਜਿੱਦਾਂ ਕਿ ਆਪਾਂ ਨੂੰ ਸ਼ੌਂਕ ਆ, ਇਹ ਕਿੱਥੋਂ ਪਿਆ ਜੀ? ਇਹ ਨਾ ਜੀ ਮੇਰੇ ਵੱਡੇ ਵੀਰ ਜੀ ਪਰਵਿੰਦਰ ਸਿੰਘ ਜੀ ਬੈਠੇ ਨੇ, ਠੀਕ ਹੈ ਜੀ। ਮੈਂ ਛੋਟਾ ਜਿਹਾ ਹੁੰਦਾ ਸੀ ਅਤੇ ਉੱਧਰ ਸਾਡੀ ਹਵੇਲੀ ਹੁੰਦੀ ਸੀ ਅਤੇ ਅਸੀਂ ਉੱਧਰ ਕਬੂਤਰ ਵੀਰ ਰੱਖੇ ਸੀ ਅਤੇ ਅਸੀਂ ਮੈਂ ਮਤਲਬ ਛੋਟਾ ਜਿਹਾ ਮੈਂ ਜਾਂਦਾ ਹੁੰਦਾ ਸੀ ਉੱਧਰ, ਫਿਰ ਹੌਲੀ ਹੌਲੀ ਮੇਰਾ ਸ਼ੌਂਕ ਵੱਧਦਾ ਗਿਆ ਅਤੇ ਅਸੀਂ ਉਹ ਵਾਲੇ ਟਾਈਮ ਦੇ ਵੀਰ ਹੋਣਾ ਕਬੂਤਰ ਰੱਖੇ ਨੇ ਜਦੋਂ ਲਾਈਟਾਂ ਬਹੁਤ ਘੱਟ ਹੁੰਦੀਆਂ ਸੀ, ਪਿੰਡ 'ਚ ਲਾਈਟ ਹੁੰਦੀ ਸੀ, ਬੱਤੀ ਬਹੁਤ ਘੱਟ ਹੁੰਦੀ, ਉਦੋਂ ਅਸੀਂ ਪਰਾਲੀ ਬਾਲ ਕੇ ਕਬੂਤਰੀਆਂ ਬੋਲਦੇ ਰਹੇ, ਦੋ ਪਰਾਲੀ ਬਾਲ ਕੇ ਕਬੂਤਰੀਆਂ ਬੋਲਦੇ ਰਹੇ, ਸਾਰਾ ਪਿੰਡ ਇੱਥੇ ਹੀ ਰੋਹੀ ਹੁੰਦਾ ਸੀ, ਭੁਰੇ 'ਚ ਲੈ ਗਏ ਨੇ ਉਹ, ਅਸੀਂ ਪਿੰਡ ਉੱਥੇ ਆ, ਉਹ ਇੱਥੇ ਰਹਿੰਦੇ ਸਾਡੇ ਕੋਲ, ਉਹਨਾਂ ਨੇ ਕਬੂਤਰ ਰੱਖੇ ਹੋਏ ਸੀ, ਹੋਰ ਵੀ 2000 ਘਰਾਂ ਦੇ ਵਿੱਚ ਕਬੂਤਰੇ, ਇਹ ਸਾਰੇ ਪਿੰਡ ਵਾਲਿਆਂ ਨੂੰ ਗਵਾਹ ਸਬੂਤ ਇਹਨਾਂ ਕੋਲ ਕੇ ਹੈ ਆ ਕਿ ਅਸੀਂ ਪਰਾਲੀ ਬਾਲ ਕੇ ਕਬੂਤਰੀਆਂ ਬੋਲਦੇ ਅਤੇ ਭਾਅ ਜੀ ਉਦੋਂ ਫਿਰ ਕਣਕ ਦੇ ਹੀ ਜਾਂ ਭੋਰਿਆਂ ਦੇ ਅਸੀਂ ਅਸੀਂ ਭੋਰੇ ਰੋਟੀ ਦੇ ਅਸੀਂ ਜਿੱਦਾਂ ਕਰਕੇ ਪਾ ਦਿੰਦੇ ਸ਼ੌਂਕੀਆਂ ਤੌਰ 'ਤੇ ਪਾ ਦਿੰਦੇ ਭੋਰੇ ਅਤੇ ਵੀਰ ਜਾਂ ਦੋ ਬਦਾਮ ਦਿੰਦਾ ਹੁੰਦਾ ਸੀ ਅਤੇ ਜੱਟ ਤੀਰਾ ਦੂਨ ਭੇਗ ਰੱਖੀ ਵੀਰ ਜੀ ਹੋਣੀ ਉਦੋਂ ਵੀ ਬਦਾਮ ਦਿੰਦੇ ਕਿਤੇ ਇੱਕ ਦੋ ਬਦਾਮ ਇਹਨਾਂ ਦੇਣੇ ਡੇਲੀ, ਥੋੜ੍ਹੀ ਕਤੀਰਾ ਦੂਨ ਦੇਣੀ ਫਿਰ ਉਹਨਾਂ ਨੂੰ ਡਾਲ ਉਡਾ ਕੇ ਫਿਰ ਅਸੀਂ ਪਰਾਲੀ ਦੇ ਹੁੰਦੇ ਰਹੇ ਉਦੋਂ ਵੀ ਦੇਸੀ ਕਬੂਤਰ ਸੀ ਕਿ ਮਲਵਈ ਨਹੀਂ ਸਾਨੂੰ ਇੰਨਾ ਇਲਮ ਨਹੀਂ ਸੀਗਾ ਬਟ ਇਹ ਦੇਸੀ ਹੈ ਸੀ ਰੱਖੇ ਸੀ ਤੇ ਸਾਰੇ ਪਿੰਡ ਵਾਲੇ ਵੀ ਅਸੀਂ ਬਸ ਬਟੇ ਆ ਕੇ ਉਦੋਂ ਬਾਜੀਆਂ ਨੀ ਖੇਡਦੇ ਸੀ ਤੇ ਸਕੂਲ ਚੱਲ ਜਾਂਦਾ ਸੀ ਤੇ ਵੀਰ ਹੋਣੀ ਫਿਰ ਆਪਣੇ ਕੰਮ ਕਰਦੇ ਬਿਜੀ ਹੋ ਜਾਂਦੇ ਖੇਤੀ ਦਾ ਲੜਾਈ ਕਰਦੇ ਨੇ ਤੇ ਰੋਜ਼ ਨੇ ਆਪਣੇ ਕੰਮ ਕਰਨਾ ਸ਼ੁਰੂ ਹੋ ਜਾਂਦੇ ਅਤੇ ਉਸਤਾਦ ਜੀ ਹੋਣਾ ਨਾ ਮੁਲਾਕਾਤ ਕਰਾਉਣ ਵਾਲੇ ਕੌਣ ਨੇ ਆਪਣੇ ਉਸਤਾਦ ਜੀ ਹੋਣਾ ਨਾਲ ਮੁਲਾਕਾਤ ਕਰਾਉਣ ਵਾਲੇ ਮੈਂ ਦੁਬਈ ਗਿਆ ਸੀ ਜੀ ਅਤੇ ਦੁਬਈ ਤੋਂ ਵੀਰ ਮਿਲਿਆ ਮੈਨੂੰ ਤਾਰੀ ਠੇਕੇਦਾਰ ਸੀਗਾ ਅਤੇ ਉੱਥੇ ਠੇਕੇਦਾਰੀ ਕਰਦਾ ਸੀਗਾ ਉਹਨੇ ਆਪਣਾ ਕੰਮ ਲਿਆ ਸੀ ਲਿਆ ਹੁੰਦਾ ਸੀਗਾ ਫਿਰ ਉਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਕੋਈ ਨਾ ਕੋਈ ਉਸਤਾਦ ਚਾਹੀਦਾ ਵਾ ਮੇਰੇ ਯਾਰਾਂ ਦੋਸਤਾਂ ਨੇ ਮੇਰੇ ਨਾਲ ਕੋਈ ਗੇਮ ਖੇਡੀ ਸੀਗੀ ਅਤੇ ਮੈਨੂੰ ਮਤਲਬ ਡਾਉਣ ਦਾ ਐਡਾ ਸ਼ੌਂਕ ਨਹੀਂ ਹੁੰਦਾ ਮੈਂ ਡਾਵਾ ਬਣਾ ਮੈਨੂੰ ਐਡਾ ਕੋਈ ਸ਼ੌਂਕ ਨਹੀਂ ਸੀਗਾ ਮੇਰੇ ਯਾਰਾਂ ਨੇ ਮੇਰੇ ਨਾਲ ਰਹਿ ਕੇ ਮਤਲਬ ਮੈਨੂੰ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਇੱਦਾਂ ਕਰਨਾ ਬਾਜੀਆਂ ਦੌੜੀਆਂ ਫਿਰ ਦੂਸਰੇ ਪਾਸੇ ਜਾ ਕੇ ਬਾਜੀਆਂ ਲਾਈਆਂ ਫਿਰ ਮੈਨੂੰ ਛਿੜ ਜਿਹੜੀ ਕਿ ਯਾਰੀ ਕੋਈ ਨਹੀਂ ਅੱਜ ਕੱਲ੍ਹ ਮੈਂ ਫਿਰ ਮੈਂ ਉਹਨਾਂ ਨੂੰ ਕਿਹਾ ਮੈਨੂੰ ਉਸਤਾਦ ਲੱਭ ਕੇ ਦੇਵਾਂ ਫਿਰ ਉਹਨਾਂ ਨੇ ਗੱਲ ਮੇਰੀ ਲਾਹੌਰ ਕਰਵਾਈ ਉਸਤਾਦ ਜੀ ਹੋਣਾ ਅਤੇ ਉਸਤਾਦ ਜੀ ਹੋਣਾ ਮਲਕ ਉਸਤਾਦ ਸੁਫਿਆਨ ਲਾਹੌਰ ਵਾਲੇ ਆਪਣੇ ਮਲਕ ਸੁਫਿਆਨ ਜੀ ਲਾਹੌਰ ਤੋਂ ਠੀਕ ਹੈ ਜੀ ਉਹਨਾਂ ਨੇ ਉਸਤਾਦ ਜੀ ਹੋਣਾ ਨਾਲ ਗੱਲਬਾਤ ਕੀਤੀ ਆਪਣੇ ਕਰਨੇ ਵੀਰ ਨੇ ਉਸ ਤੋਂ ਬਾਅਦ ਕਰਨੇ ਵੀਰ ਤੋਂ ਆਪਾਂ ਪੁੱਛਦੇ ਹਾਂ ਉਹਨਾਂ ਨੇ ਫਿਰ ਉਸਤਾਦ ਜੀ ਹੋਣਾ ਨੇ ਮੈਨੂੰ ਕਿਹਾ ਕਿ ਬੇਟਾ ਤੂੰ ਸ਼ਿਕਾਇਤ ਹੋਵੇਗਾ ਅਤੇ ਫਿਰ ਸਾਰੀ ਗੇਮ ਚੱਲਣੀ ਹੈ ਫਿਰ ਜੀ ਮੈਨੂੰ ਸ਼ਿਕਾਇਤ ਕਰਵਾਇਆ ਉਸਤਾਦ ਬਲਵਿੰਦਰ ਸਿੰਘ ਜੀ ਮੁਲਾਜ਼ਮ ਨਾਰਾਇਣਗੜ੍ਹ ਵਾਲਿਆਂ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਜੋ ਵੀ ਬਣਦਾ ਰਸਮ ਦਿੱਤੀ ਮਤਲਬ ਸਾਡੀ ਪਾਰਟੀ ਚੋਣ ਤੋਂ ਪਹਿਲਾਂ ਤੁਹਾਨੂੰ ਆਪਣੇ ਵੱਡੇ ਭਾਜੀ ਹੋਣੀ ਆਪਣੇ ਵੱਡੇ ਉਸਤਾਦ ਜੀ ਹੋਣਾ ਨੇ ਲੈ ਕੇ ਆਏ ਨੇ ਆਪਣੀ ਪਾਰਟੀ ਹਾਂਜੀ ਹਾਂਜੀ ਉਹ ਲੈ ਕੇ ਆਏ ਉਹ ਕਹਿੰਦੇ ਵੀ ਆਪਣੀ ਇਧਰ ਵੀ ਦਾਖਲ ਚ ਆਣਾ ਜੀ ਜੀ ਠੀਕ ਹੈ ਜੀ ਸੋਚ ਸਮਝ ਕੇ ਮਤਲਬ ਜੋ ਕੁਝ ਵੀ ਭਾਜੀ ਹੋਣਾ ਨਾਲ ਪ੍ਰੇਮ ਪਿਆਰ ਗੱਲਾਂ ਬਾਤਾਂ ਕਰਕੇ ਜੀ ਜੀ ਫਿਰ ਤੁਸੀਂ ਆਪਣੇ ਕੋਲ ਪਹੁੰਚੇ ਹਾਂਜੀ ਹਾਂਜੀ ਠੀਕ ਹੈ ਜੀ ਮੈਂ 2023 ਦੇ ਵਿੱਚ ਵੀ ਬਾਜੀਆਂ ਡਾਈਆਂ ਸੱਜਣਾ ਮਿੱਤਰਾਂ ਦੇ ਡਾਈਆਂ ਕਿਉਂਕਿ ਮੇਰੇ ਕੋਲ ਕਬੂਤਰ ਬਹੁਤ ਘੱਟ ਸੀਗੇ ਮੈਨੂੰ ਐਡਾ ਸ਼ੌਂਕ ਮਤਲਬ ਹੈ
ਕੱਪੜੇ ਰੱਖੇ ਸੀ, ਬਟ ਜਦੋਂ ਮੇਰੇ ਨਾਲ ਥੋੜ੍ਹੀਆਂ ਇੱਦਾਂ ਦੀਆਂ ਗੇਮਾਂ ਹੋਈਆਂ ਫਿਰ ਮੈਂ ਕੱਪੜਾ ਸੋਚਿਆ ਕਿ ਨਹੀਂ। ਅਤੇ 2023 'ਚ ਜਿਨ੍ਹਾਂ ਦਿਨਾਂ ਦੇ ਵੀ ਖੁੱਡੇ ਸਾਂਭੇ ਜੇ ਤੁਸੀਂ, ਜੀ ਜੀ, ਕਿਹਦੀ ਸਾਂਭ 'ਤੇ ਸਾਂਭੇ ਜੇ ਸਾਰੇ ਖੁੱਡੇ? ਇਹ ਉਸਤਾਦ ਜੀ ਹੁਣਾਂਦੇ ਸੀ ਸਾਂਭ 'ਤੇ ਆਪਾਂ ਉਡਾਏ ਨੇ, ਅਤੇ ਆਪਾਂ ਬਾਜਵਾ ਗਰੁੱਪ ਤੋਂ ਬਿਨਾਂ ਕਿਤੇ ਕਿਸੇ ਤੋਂ ਕੋਈ ਚੀਜ਼ ਤੱਕ ਨਹੀਂ ਪੁੱਛੀ ਸੀਗੇ ਜੀ। ਨਾ ਆਪਾਂ ਕੋਈ ਕਹਿ ਸਕਦਾ ਕਿ ਇਹਨੇ ਸਾਡੇ ਤੋਂ ਪਾਣੀ ਖੜਿਆ, ਲੋੜੀ ਖੜੀ ਆ, ਠੀਕ ਹੈ ਜੀ। ਆਪਣਾ ਹੀ ਅਸੀਂ ਆਪਣਾ ਜੋ ਵੀ ਕਰਦੇ ਹਾਂ, ਜ਼ਿਆਦਾਤਰ ਅਸੀਂ ਕਬੂਤਰ ਗੋਲੀ 'ਤੇ ਨਹੀਂ ਡਾਉਂਦੇ, ਅਸੀਂ ਜਿੰਨਾ ਵੀ ਡਾਉਂਦੇ ਹਾਂ ਪਾਣੀ ਦੇ ਕਬੂਤਰ ਡਾਉਂਦੇ, ਠੀਕ ਹੈ, ਠੀਕ ਹੈ ਜੀ, ਪਾਣੀ ਦੇ ਡਾਉਂਦੇ ਹਾਂ ਅਰਕਾਂ ਦੇ ਸੰਭਾਲ, ਠੀਕ ਹੈ ਵੀਰ ਜੀ। ਜਿੱਦਾਂ ਕਿ ਵੀਰ ਜੀ ਹੁਣਾਂ ਨੇ ਦੱਸਿਆ ਵਾ ਤੁਹਾਨੂੰ ਵੀ ਅਰਕਾਂ ਨਾਲ ਹੀ ਡਾਉਂਦੇ ਨੇ, ਪਾਣੀ ਨਾਲ ਹੀ ਡਾਉਂਦੇ ਨੇ, ਜ਼ਿਆਦਾ ਡਾਉਂਦੇ ਦੇਸੀ, ਦੇਸੀ ਨੁਸਖੇ ਨਾਲ ਹੀ ਪਾਣੀ, ਦੇਸੀ ਦਾ ਹੀ ਬਣਦਾ ਵਾ ਜੀ, ਗੋਲੀਆਂ ਦੇ ਵੱਟ ਕੇ ਹੀ ਜਿਹੜੀਆਂ ਅੱਜ ਕੱਲ੍ਹ ਚੱਲ ਗਈਆਂ, ਹਾਂਜੀ, ਠੀਕ ਹੈ ਜੀ। ਅਤੇ ਵੀਰ ਜੀ 2023 'ਚ ਆਪਾਂ ਕਿੰਨੀਆਂ ਬਾਜ਼ੀਆਂ ਵਿਨ ਕੀਤੀਆਂ, ਕਿੰਨੀਆਂ ਛੱਤਾਂ ਤੋਂ ਬਾਜ਼ੀਆਂ ਵਿਨ ਕੀਤੀਆਂ ਨੇ? ਜੀ ਮੈਂ ਕਮ ਸੇ ਕਮ ਕਿਤੇ 12-13 ਛੱਤਾਂ ਤੋਂ ਬਾਜ਼ੀਆਂ ਵਿਨ ਕੀਤੀਆਂ ਨੇ 2023 ਦੇ ਵਿੱਚ, ਠੀਕ ਹੈ ਜੀ। ਉਹ ਅੱਜ ਤੱਕ ਮਤਲਬ ਸਬੂਤ ਵੀ ਹੈ, ਮਤਲਬ ਸੱਜਣ ਮਿੱਤਰਾਂ ਕੋਲ ਪਏ ਹੋਏ ਕੱਪ ਵੀ ਪਏ, ਜੈਸੇ ਜੀ ਉਹਨੇ ਵੀ ਦੂਸਰਾ ਨੰਬਰ ਪਿਆ ਆਪਣੇ ਕੋਲ ਮੌਜੂਦ ਹੋਇਆ ਵਾ, ਓਕੇ, ਇਹਦੇ ਕੋਲ ਹੋ ਹੀ ਰਹੇ ਆਪਾਂ। ਮੇਰਾ ਜੱਗਾ ਵੀਰ ਆ, ਇਹਦੇ ਕੋਲੋਂ ਆਪਾਂ ਪਹਿਲਾ ਨੰਬਰ ਪਾਇਆ ਸੀਗਾ 2023 ਦੇ ਵਿੱਚ, ਠੀਕ ਹੈ ਜੀ। ਅਤੇ ਹੁਣ ਆਪਾਂ 3 ਵਾਰੀਆਂ ਡਾਈਆਂ ਦੇ ਕਰੇ ਯਾਰ ਕਿ 2024 'ਚ, ਹਾਂਜੀ 2024 ਵਿੱਚ 3 ਵਾਰੀਆਂ ਡਾਈਆਂ ਦੇ ਕਰੋ, ਜੱਗਾ ਵੀਰ ਦੇ ਕਰੋ, ਹਾਂਜੀ ਸਭਰਾਵਾਂ, ਠੀਕ ਹੈ ਜੀ। ਇਹ ਜੱਗਾ ਵੀਰ ਜੀ ਆਪਣਾ ਇਹਦੇ ਕਰੋ 3 ਵਾਰੀਆਂ ਡਾਈਆਂ ਜੇ ਵਿਨ ਕੀਤੀਆਂ ਆਪ ਦੱਸੇਗਾ ਜੀ। ਅਤੇ ਵੀਰ ਜੀ ਕਿੰਨੀਆਂ ਵਾਰੀਆਂ ਵਿਨ ਹੋਈਆਂ ਜੀ? ਵੀਰ ਜੀ ਉਹਨਾਂ ਨੇ ਸਾਂਭ ਸੰਭਾਲ ਕੀਤੀ ਹੈ ਜੀ, ਲਓ ਜੀ ਕੱਲ੍ਹ ਵੀਰ ਜੀ ਹੁਣਾਂ ਨੇ ਸਾਂਭ ਸੰਭਾਲ ਕੀਤੀ ਜੇ, ਅਤੇ 3 ਹੀ ਵਾਰੀਆਂ ਡਾਈਆਂ ਜੇ ਅਤੇ 3 ਹੀ ਵਿਨ ਕੀਤੀਆਂ ਜੀ। ਦੂਜਾ ਨੰਬਰ ਪਿਆ ਜੀ, ਦੂਜਾ ਨੰਬਰ ਤਿੰਨਾਂ ਬਾਜੀਆਂ ਨੇ, ਤਿੰਨਾਂ ਬਾਜੀਆਂ 'ਚ ਦੂਸਰਾ ਨੰਬਰ ਪਿਆ ਜੀ। ਇੱਕ ਦਿਨ ਵਿੱਚ ਪਿੰਡ ਬਾਜੀ ਡਾਈ ਹੈ ਜੀ, ਖੁਦ ਮੈਂ ਆਪਣੀ ਛੱਤ ਤੋਂ ਵੀ ਮਿਲੂ ਸੀਗਾ, ਅਤੇ ਬਟ ਇੱਥੋਂ ਆਪਣਾ ਕਬੂਤਰ ਹਿਲਣ ਕਰਕੇ ਸ਼ਾਰਟ ਆਊਟ ਕਰਕੇ ਆਪਾਂ ਨਹੀਂ ਵਿਨ ਹੋਏ ਘਰੋਂ। ਫਿਰ ਆਪਾਂ ਇੱਕ ਦੂਜਾ ਨੰਬਰ ਪਾਇਆ ਜੀ, ਅਤੇ ਇੱਕ ਤੀਸਰਾ ਨੰਬਰ ਪੜਾਉਣ ਤੋਂ ਪਾਇਆ ਜੀ। ਇੱਕ ਦਿਨ ਦੇ ਵਿੱਚ ਆਪਾਂ 2 ਨੰਬਰ ਵਿਨ ਕੀਤੇ, ਦੂਸਰਾ ਨੰਬਰ ਤੀਸਰਾ। ਇੱਕ ਦਿਨ ਜੀ ਮੈਂ ਅਕਬਰਪੁਰਾ ਪਿੰਡ ਆ ਆਪਣਾ ਦਿਆਲਪੁਰ ਦੇ ਲਾਗੇ, ਉੱਥੇ ਮੈਨੂੰ ਵੀਰਾਂ ਨੇ ਬੁਲਾਇਆ ਸੀਗਾ, ਅਤੇ ਉਹ ਮੈਨੂੰ ਇੱਥੇ ਘਰੇ ਕਹਿ ਕੇ ਗਏ ਸੀ ਕਿ ਸਪੈਸ਼ਲ ਕਿ ਸਾਡੀ ਬਾਜੀ ਲੈ ਜਾਓ, ਅਤੇ ਉੱਥੇ ਮੈਂ ਡਾਈ ਜੀ ਸਾਹਿਬ ਅਤੇ ਉਸਤਾਦ ਜੀ ਹੁੰਦੇ, ਅਤੇ ਬੜੀ ਰੱਬ ਨੇ ਕਿਰਪਾ ਕੀਤੀ, ਉੱਥੇ ਆਪਣਾ ਪਹਿਲਾ ਨੰਬਰ ਪਿਆ ਜੀ। ਠੀਕ ਹੈ ਜੀ, ਕਰਨਵੀਰ ਦਾ ਹੱਥ ਹੋ ਗਿਆ ਜੀ ਸੈੱਟ, ਹਾਂਜੀ, ਠੀਕ ਹੈ ਜੀ, ਸਾਂਭ ਸੰਭਾਲ 'ਚ। ਅਤੇ ਹੁਣ ਅਗਲੇ ਸਾਲ ਜੇ ਕਰਨਵੀਰ ਨੂੰ ਲੋੜ ਪਈ ਤਾਂ ਗੇਟ 'ਚ ਆਪਾਂ ਸੱਦਾਂਗੇ ਉੱਥੇ, ਵੀ ਹੁਣ ਇੱਧਰ ਤੁਹਾਡੇ ਸਾਂਭੋ, ਕਿਸੇ ਵੇਲੇ ਉਸਤਾਦ ਜੀ ਹੁਣਾਂ ਕੋਲ ਆਪ ਨਹੀਂ ਜਾਇਆ ਜਾਂਦਾ, ਠੀਕ ਹੈ, ਇੱਕ ਅੱਧਾ ਦੂਰ ਕਿਸੇ ਵੇਲੇ ਨੇੜੇ ਜਾਣਾ ਪੈਂਦਾ ਵਾ ਸਾਂਭ ਸੰਭਾਲ ਕਰਨ ਵਾਸਤੇ, ਅਤੇ ਕਰਨਵੀਰ ਨੂੰ ਆਪਾਂ ਬੁਲਾਵਾਂਗੇ, ਠੀਕ ਹੈ ਜੀ। ਜਦੋਂ ਅੜੀ ਫੜੀ ਹੋਈ ਤਾਂ ਫਿਰ ਕਰਨਵੀਰ ਨੂੰ ਆਪਾਂ ਕਹਿਣਾ ਵੀ ਹੁਣ ਤੂੰ ਭਾ ਆ ਜਾ ਉੱਥੇ ਸਾਂਭ ਸੰਭਾਲ ਦੇ ਆ ਮੁੰਡਿਆਂ ਨੂੰ, ਅਤੇ ਐਤਕੀ ਹੁਣ ਆਪਣੇ ਕੋਲ ਸਾਂਭ ਸੰਭਾਲ ਕਰੋ, ਅਤੇ ਇੱਧਰ ਵਾਲੀਆਂ ਛੱਤਾਂ ਵੀ ਆਪਾਂ ਹੁਣ ਨਾਮਾ 'ਚ ਲਿਆਈਏ। ਇੱਕ ਵਾਰੀ ਮੈਂ ਉਸਤਾਦ ਜੀ ਦੇ ਹੱਥੇ 2023 ਦੀ ਗੱਲ ਕਰਦਾ, ਮੈਂ ਕਬੂਤਰ ਉਸਤਾਦ ਜੀ ਉਹਨਾਂ ਦੇ ਹੱਥੇ ਡਾਏ ਸੀਗੇ, ਭਾਈ ਉਹਨਾਂ ਨਾਲ ਘਰ ਵਾਲਿਆਂ ਨਾਲ ਗੱਲ ਕੀਤੀ, ਫਿਰ ਉਹਨਾਂ ਨਾਲ ਉਸਤਾਦ ਜੀ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨਾਲ ਸਾਰਾ ਤਾਲਮੇਲ ਅਸੀਂ ਕਰਕੇ, ਇੱਦਾਂ ਨਹੀਂ ਲਾਉਂਦੇ ਕਿ ਜਾ ਕੇ ਛੱਤ 'ਤੇ ਚੜ੍ਹ ਜਾਂਦੇ, ਨਹੀਂ ਉਹ ਨਹੀਂ ਕਰਦੇ, ਪਹਿਲਾਂ ਉਸਤਾਦ ਜੀ ਉਹਨਾਂ ਨਾਲ ਅਟੈਚਮੈਂਟ ਕਰਦੇ ਆ, ਮਤਲਬ ਜੋ ਕੁਛ ਵੀ ਸਾਂਭ ਸੰਭਾਲ, ਜੀ ਜੀ, ਗੱਲਬਾਤ ਕਰਕੇ ਸਭ ਕੁਛ ਹੋ ਗਿਆ, ਸਭ ਕੁਛ ਕਰਕੇ ਫਿਰ ਉਹਨਾਂ ਅਸੀਂ ਕਬੂਤਰ ਡਾਏ, 3 ਕਬੂਤਰ ਬੈਠੇ 4:35 ਦੇ, ਤਿੰਨ ਕਬੂਤਰ 4:35 ਅੱਸੂ ਦੀ ਗੱਲ ਆ, ਅਤੇ ਇੱਕ ਕਬੂਤਰ ਬੈਠਾ ਜੀ 7:02 ਦੇ, ਇੱਕ ਕਬੂਤਰ ਬੈਠਾ ਜੀ 7:06 ਦੇ, ਇੱਕ ਕਬੂਤਰ ਬਹਿੰਦਾ ਬਹਿੰਦਾ ਰਾਤ ਰਹਿ ਗਿਆ ਜੀ, ਉਹ ਮੌਜੂਦ ਹੈ ਜੀ ਹੈਪੀ ਮਦਰ ਦੇ ਘਰੋਂ, ਠੀਕ ਹੈ, 2023 ਦੀ ਗੱਲ ਕਰਦਾ ਵਾ, ਉਹ ਬਹਿਣ ਨਾ ਕਰਕੇ ਆਪਾਂ ਨਹੀਂ ਬਾਜੀ ਵਿਨ ਹੋਈ, ਆਪਾਂ ਉਹ ਕਬੂਤਰ ਰਾਤ ਰਹਿਣ ਕਰਦਾ, ਠੀਕ ਹੈ, ਸਾਹਮਣੇ ਰਾਤ ਰਹਿ ਅੱਖਾਂ ਦੇ ਕੋਈ ਝੂਠ ਨਹੀਂ ਆ, ਬੜਾ ਏਰੀਆ ਆਪਣਾ ਗਵਾਹ ਵਾ ਇਹ ਕਰਦਾ, ਬਿਲਕੁਲ, ਹਾਂਜੀ। ਅਤੇ ਕਰਨਵੀਰ ਜੀ ਜਿੱਦਾਂ ਕਿ
ਆਪਾਂ ਗੱਲ ਕਰੀਏ ਵੀ ਸਾਰੀਆਂ ਬਾਜ਼ੀਆਂ ਆਪਾਂ ਵੀ ਨਹੀਂ ਕੀਤੀਆਂ, ਮਹਾਰਾਜ ਚੜ੍ਹਦੀ ਕਲਾ ਕਰੇ ਤੁਹਾਨੂੰ ਬਹੁਤ ਬਹੁਤ ਕਿੰਨੀਆਂ ਬਾਜ਼ੀਆਂ ਸੀ ਤੇ ਕਿੰਨੀਆਂ ਵੀ ਨਹੀਂ ਕੀਤੀਆਂ ਜੀ ਆਪਾਂ? ਆਪਾਂ ਜੀ ਚਾਰ ਬਾਜ਼ੀਆਂ ਹਰੇ ਆ ਜੀ। ਠੀਕ ਹੈ ਜੀ, ਠੀਕ ਹੈ ਜੀ, ਤੇ ਨੌ ਬਾਜ਼ੀਆਂ ਮੈਨੂੰ ਕੀਤੀਆਂ, ਮਤਲਬ 13 ਬਾਜ਼ੀਆਂ ਹੀ ਟੋਟਲ। ਹਾਂਜੀ 13 ਢਾਈਆਂ ਜੀ। ਠੀਕ ਹੈ ਜੀ, ਜਿੱਦਾਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵਾ 10-15 ਬਾਜ਼ੀਆਂ ਵੀਰ ਨੇ ਖੇਡੀਆਂ ਸੀ, 4 ਬਾਜ਼ੀਆਂ 13 ਬਾਜ਼ੀਆਂ ਚੋਂ 9 ਬਾਜ਼ੀਆਂ ਵੀਰ ਨੇ ਕੀਤੀਆਂ ਜੀ, 4 ਬਾਜ਼ੀਆਂ ਹਰੇ ਸਭ ਤੋਂ ਪਹਿਲਾਂ ਜੀ। 18 ਸਭ ਤੋਂ ਪਹਿਲਾਂ ਨਹੀਂ, ਇਹ ਸਟਾਰਟਿੰਗ ਜਦੋਂ ਹੋਈ ਹੈ ਨਾ ਜੀ, ਇਹ ਜੱਸੇ ਵੀਰ ਘਰੋਂ ਕੀਤੀ ਹੈ ਸਟਾਰਟਿੰਗ। ਠੀਕ ਹੈ ਜੀ, ਪਹਿਲਾਂ ਹੀ ਸਭ ਤੋਂ ਪਹਿਲਾਂ ਹਰੇ। ਓਕੇ, ਹਾਰ ਪਹਿਲਾਂ ਹੀ ਬਰਦਾਸ਼ਤ ਕੀਤੀ, ਉਸ ਤੋਂ ਬਾਅਦ ਅਸੀਂ ਆਪਣਾ ਹੱਥ ਸੈੱਟ ਕੀਤਾ ਜੀ। ਠੀਕ ਹੈ ਜੀ, ਉਸਤਾਦ ਸਾਹਿਬ ਜੀ ਕਹਿੰਦੇ ਨੇ ਜਿੱਦਾਂ ਕਿ ਹਾਰਾਂ ਬਰਦਾਸ਼ਤ ਕਰਨੀਆਂ ਆ ਗਈਆਂ ਤੇ ਜਿੱਦਾਂ ਆਪਾਂ ਹੀ ਝੋਲੀ ਪੈਣੀ ਆ, ਉਹੀ ਗੱਲ ਹੋਈ ਜੀ। ਹਾਂਜੀ, ਠੀਕ ਹੈ ਜੀ, ਤੇ ਵੀਰ ਜੀ ਹੋਣਾ ਦਾ ਆਪਾਂ ਬਹੁਤ ਧੰਨਵਾਦ ਕਰਦੇ ਹਾਂ, ਵੀਰ ਜੀ ਹੋਣਾ ਦਾ ਆਪਾਂ ਨੂੰ ਗ੍ਰਹਿ ਵਿਖੇ ਮੌਕਾ ਦਿੱਤਾ। ਹਾਂਜੀ ਮੁਲਾਜ਼ਮ ਸਾਹਿਬ, ਤੁਸੀਂ ਕੁਛ ਕਹਿਣਾ ਚਾਹੁੰਦੇ ਜੀ? ਲੋਕ ਕਹਿਣਾ ਤੁਸੀਂ ਕਹੋ ਜੀ ਆਪਣੇ ਸ਼ਗਿਰਦ ਬਾਰੇ। ਇੱਧਰ ਵੀ ਸ਼ਗਿਰਦ ਬੈਠਾ ਤੁਹਾਡਾ, ਉੱਧਰ ਵੀ ਸ਼ਗਿਰਦ ਬੈਠਾ, ਦੋਵੇਂ ਪਾਸੇ ਜੀ। ਆਪਾਂ ਲੜਾਈ ਝਗੜੇ ਵਾਲੇ ਪਾਸੇ ਨੀ ਆਏ, ਆਪਾਂ ਕਬੂਤਰ ਡਾ ਕੇ ਵਿਖਾਏ ਉਹਨਾਂ ਨੂੰ। ਠੀਕ ਹੈ ਜੀ, ਤੇ ਕਬੂਤਰ ਡਾ ਕੇ ਹੀ ਜਵਾਬ ਮਿਲ ਗਿਆ ਜੀ। ਆਪਾਂ ਹਰੇ ਜੀ, ਆਪਾਂ ਜਾ ਕੇ ਦੁਸਾਂ ਚ 4 ਵਜੇ ਹਰੇ ਆ, ਉਹ ਥੋੜੀ ਅੱਡ ਤੋਂ ਗਲਤੀ ਹੋਈ, ਬਦਾਮ ਘੱਟ ਦਿੱਤੇ ਸੀਗੇ। ਓਕੇ, ਠੀਕ ਹੈ ਜੀ, ਆਪਾਂ 4 ਵਜੇ ਦੁਸਾਂ ਚ ਹੀ ਹਰੇ ਜਾ ਕੇ ਚੌਥਾ ਕਬੂਤਰ ਸਾਡਾ ਦਿੱਤਾ। ਤੇ ਭਾਜੀ ਬਾਹਰ ਵੀ ਛੱਡਦੇ ਫਿਰ? ਬਾਹਰ ਵੀ ਛੱਡ ਦੜੇ ਵੀ, ਹਾਂਜੀ ਦੜੇ ਛੱਡੀ ਦੀਆਂ ਵਾ। ਤੇ ਕਿਸਮਤ ਦੀਆਂ ਜਦੋਂ ਖੇਡਾਂ ਹੋ ਜਾਂਦੀਆਂ, ਕਈ ਵਾਰ ਸਾਡਾ ਕਬੂਤਰ ਤੁਰ ਜਾਂਦਾ ਵਾ, ਤੇ ਜੇ ਖੜ ਜੇ ਸਾਡਾ ਤੇ ਫਿਰ ਬਾਬੇ ਲਈ ਕਿਰਪਾਣਾ। ਬਿਲਕੁਲ ਬਿਲਕੁਲ ਜੀ, ਸਹੀ ਗੱਲ ਹੈ ਕਿ ਇਹਨੇ ਝੁੰਡ ਬਣ ਜਾਂਦਾ ਵਾ, ਜਦੇ ਕਬੂਤਰ ਜੇ ਉਧਰ ਨੂੰ ਰੁੱਖ ਕਰ ਲਿਆ ਤੇ ਉਹਨੂੰ ਤੁਰ ਪੈਂਦੇ ਨੇ। ਕਿਹੜੇ ਹਵਾਵਾਂ ਵੀ ਤੇਜ਼ ਵੱਜਦੀਆਂ ਨੇ, ਇਹਦੇ ਝੱਖੜ ਵੀ ਆਉਂਦੇ ਨੇ ਕਿਹੜੇ ਬਾਜ਼ੀਆਂ 'ਚ। ਹੁਣ ਜੀ ਦੇਖੋ ਜੀ, ਆਪਣੇ ਕੋਲ ਕਬੂਤਰ ਬਹੁਤ ਘੱਟ ਸੀਗੇ, ਕਬੂਤਰ ਬਹੁਤ ਘੱਟ ਹੋਣ ਕਰਕੇ ਹੁਣ ਆਪਾਂ ਕਬੂਤਰ ਖੇਡ ਨਵੇਂ ਲਈ ਆ। 2025 ਦੇ ਵਿੱਚ ਪੂਰਾ ਟੌਪ ਸ਼ੋਅ ਕਰਾਂਗੇ ਜੀ। ਓਕੇ, ਅਤੇ ਉਸਤਾਦ ਸਾਹਿਬਾਂ ਇਹਨਾਂ ਦੇ ਦਿੱਤੇ ਹੋਏ ਜੋ ਵੀ ਦਾਣਾ ਪਾਣੀ ਆ, ਉਸਤਾਦ ਮਲਕ ਸੁਫੈਨ ਲਾਹੌਰ ਵਾਲੇ ਉਸਤਾਦ ਜੀ ਆ, ਉਹਨਾਂ ਦੀ ਬੜੀ ਜ਼ਿਆਦਾ ਮਿਹਨਤ ਆ, ਜਿਹੜਾ ਬਾਜਵਾ ਗਰੁੱਪ ਹੈ ਨਾ ਜੀ, ਉਹਨਾਂ ਦੀ ਮਿਹਨਤ ਦੇ ਸਦਕਾ ਚੱਲਦਾ। ਲੋ ਜੀ ਮੁਲਾਜ਼ਮ ਸਾਹਿਬ, ਇੱਕ ਆਪਾਂ ਵੀਰ ਨੂੰ ਗਿਫਟ ਦੇਣਾ ਵਾ ਜੀ, ਜੀ ਉਹਦੇ ਬਾਰੇ ਵੀ ਨੋਟ ਕਰੀਏ ਜੀ। ਇਹ ਜਿੱਦਣ ਵੀਰ ਆਪਣੇ ਕੋਲ ਆਏਗਾ, ਇਹ ਗਿਫਟ ਉੱਦਣ ਦਿੱਤਾ ਜਾਏਗਾ ਵੀਰ ਨੂੰ। ਆਪਣੇ ਕੋਈ ਫੰਕਸ਼ਨ ਹੋਏਗਾ ਉੱਥੇ ਅੰਮ੍ਰਿਤਸਰ 'ਚ, ਕਰਤਾਰ ਸਿੰਘ ਬਾਜਵਾ ਗੈਂਜੀ ਦੇ, ਅਤੇ ਉੱਦਣ ਇਹਨੂੰ ਗਿਫਟ ਹੀ ਪਾ ਦਿੱਤੀ ਜਾਏਗੀ। ਲੋ ਜੀ, ਕਲੈਪਿੰਗ ਕਰ ਦਿਓ ਇੱਕ ਵਾਰੀ ਸਾਰੇ ਮੇਰੇ ਵੀਰ, ਅਨਾਊਂਸਮੈਂਟ ਕਰ ਦਈਏ। ਠੀਕ ਹੈ ਜੀ, ਇਹ ਵੀਰ ਨੂੰ ਵਿਸ਼ੇਸ਼ ਸਨਮਾਨ ਮਿਲਿਆ ਜੀ ਐਲ ਪੀ, ਇਹ ਵੀਰ ਨੂੰ ਇਹਨਾਂ ਨੇ ਸਨਮਾਨ ਕਰਨਾ ਵੀਰ ਜੀ ਹੋਣਾ ਨੇ। ਠੀਕ ਹੈ ਜੀ, ਇਹ ਵੀਰ ਜੀ ਹੋਣਾ ਨੇ ਕਰਨਾ ਜੀ ਸਨਮਾਨ ਆਪਣੇ ਉਸਤਾਦ ਜੀ ਹੋਣਾ ਦਾ, ਸਰਦਾਰ ਬਲਵਿੰਦਰ ਸਿੰਘ ਮੁਲਾਜ਼ਮ ਸਾਹਿਬ ਨਾਰਾਇਣਗੜ੍ਹ ਤੋਂ। ਠੀਕ ਹੈ ਜੀ, ਹਾਂਜੀ ਕਰਨੇ ਵੀਰ ਜੀ, ਕਰੋ ਜੀ ਮਾਨ ਸਨਮਾਨ ਜੀ। ਲਓ ਜੀ ਆਇਓ ਜੀ, ਸਾਰੇ ਲਾਗੇ ਲਾਗੇ ਹੋਇਓ ਮੇਰੇ ਵੀਰ, ਆਇਓ ਵੱਡੇ ਭਾਈ, ਆਇਓ ਬੱਚੇ ਪਾਲੀ, ਸਾਰੇ ਵੀਰ ਆਪਣੀ ਟੀਮ, ਇਹ ਸਾਰੀ ਟੀਮ ਹੀ ਹੈ ਜੀ। ਇਹਨੂੰ ਵੀ ਲਿਆਓਗੇ ਜੀ, ਇਹਨੂੰ ਲਿਆਓਗੇ, ਨਿੱਕਾ ਰਹਿ ਗਿਆ ਬੰਦਾ ਆਪਣਾ। ਲਓ ਵੀਰ ਜੀ, ਹਾਂਜੀ ਕੈਮਰਾਮੈਨ ਜੀ, ਠੀਕ ਹੈ ਜੀ, ਕੈਮਰਾਮੈਨ ਜੀ ਫੋਟੋਆਂ ਖਿੱਚਦੇ ਹੋ ਮੇਰੇ ਭਰਾ, ਠੀਕ ਹੈ ਜੀ, ਤੇ ਇਹ ਆਪਣੇ
ਗੁਰਤਾਪ ਸਾਹਿਬਾਨ ਜੀ ਦਾ ਮਾਨ ਸਨਮਾਨ ਕਰਦੇ ਹੋਏ ਆਪਣੇ ਕਰਨਵੀਰ ਜੀ ਹੋਣੀ, ਠੀਕ ਹੈ ਜੀ। ਸਾਰੇ ਕਰਦੇ ਬੰਦ।